फैसला ये जड़ा लेना पिया कांग्रेस ज्वाइन करन दा, और ये कांग्रेस ज्वाइन एवं नहीं कर ली। मैं पता वा कि कुछ लोगों को इहदे नाल उन्हां नूं अच्छा ना लगे, पर मेरी थोड़ी दलील अच्छी तरह सुन के फिर तुसीं अपना मन बनाउणा। और तुहानू अच्छी तरह मैं याद करवाना चाहुंदा कि जिहड़े हुण इनफोर्समेंट डायरेक्टोरेट ईडी ने जिहड़े मेरे घर ते छापे मारे ने, उह जिहड़े ईडी दे रेड ने उह इसी पॉलिटिक्स नाल कनैक्टिड ने। अगर मैं भी माफ़ी मांग के निकल जांदा ते मेरे ते ना एनडीपीएस दा केस होना सीगा फाजिलका वाला, ते ना मेरे खिलाफ ईडी ने कोई रेड करने सीगे। हुण पंजाब दे विच इन्ने पार्टियां दे लीडर ने, इन्ने एमएलए ने, इन्ने मिनिस्टर्स ने, इन्ने फॉर्मर मिनिस्टर्स ने, बादल वर्गे वड्डे वड्डे परिवारां दे लोग ने, उन्हां दे खिलाफ तां कदी किसे ईडी ने अज तक कोई छापामारी नहीं कीती, कोई केस नहीं बनाया, पर मेरे खिलाफ उन्हां ने इह कीता क्योंकि मैनूं सबक सिखाउणा चाहुंदे सी। कुछ लोग सोशल मीडिया से बैठ के बड़ा सौखा कमेंट करना, किसी नूं कंडेम करना, किसी नूं गाला कढ़नियां, पर जिहड़े लोग मैनूं वोट पा के नवाज के पंजाब की विधानसभा च भेजदे ने, जिथे जिन्हां दे करके मेरी आवाज की कोई कीमत बनती है, मैं उन्हां दी गल भी अखों परोखे नहीं सी कर सकदा। दोस्तों अज मैं तुहाडे नाल एक जिंदगी का अहम फैसला सांझा करन जा रहा हां। ਤੁਹਾਨੂੰ ਸਭ ਨੂੰ ਤਕਰੀਬਨ ਪਤਾ ਵਾ ਕਿ ਪਿਛਲੇ ਕੁਝ ਦਿਨਾਂ ਤੋਂ ਚਰਚਾ ਚੱਲ ਰਹੀ ਸੀਗੀ ਕਿ ਅਸੀਂ ਕਾਂਗਰਸ ਵਿੱਚ ਜਾਵਾਂਗੇ। ਮੇਰੇ ਨਾਲ ਮੇਰੇ ਦੋ ਸਤਿਕਾਰਯੋਗ ਐਮਐਲਏ ਸਾਥੀ ਜਗਦੇਵ ਸਿੰਘ ਕਮਾਲੂ ਔਰ ਪਿਰਮਲ ਸਿੰਘ ਖਾਲਸਾ, ਅਸੀਂ ਕਾਫੀ ਅਰਸੇ ਤੋਂ ਬਹੁਤ ਡੂੰਘਾਈ ਦੇ ਨਾਲ, ਇਮਾਨਦਾਰੀ ਦੇ ਨਾਲ, ਵੱਖ ਵੱਖ ਲੋਕਾਂ ਦੇ ਨਾਲ, ਵਿਦਵਾਨਾਂ ਨਾਲ, ਚੰਗੇ ਬੰਦਿਆਂ ਦੇ ਨਾਲ, ਕਟਿੰਗ ਅਕਰੋਸ ਪਾਰਟੀ ਲਾਈਨਸ ਮਸ਼ਵਰਾ ਕੀਤਾ ਕਿ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਕੀ ਕਰਨਾ ਚਾਹੀਦਾ। ਸਭ ਦੀ ਇੱਕ ਮੁੱਠ ਰਾਏ ਸੀਗੀ ਕਿ ਅਗਰ ਤੁਸੀਂ ਪੰਜਾਬ ਦੀ ਰਾਜਨੀਤੀ ਚ ਸਕ੍ਰਿਯ ਰਹਿਣਾ, ਰੈਲੇਵੈਂਟ ਰਹਿਣਾ, ਤੇ ਫਿਰ ਤੁਹਾਨੂੰ ਕੋਈ ਅੱਛਾ ਪਲੇਟਫਾਰਮ ਚੁਣਨਾ ਚਾਹੀਦਾ ਵਾ, ਕਿਉਂਕਿ ਅੱਛਾ ਪਲੇਟਫਾਰਮ ਖੜਾ ਕਰਨ ਵਾਸਤੇ ਅਸੀਂ ਮੈਂ ਬਹੁਤ ਇਮਾਨਦਾਰੀ ਨਾਲ ਯਤਨ ਕੀਤੇ ਨੇ। ਜਿਹੜੇ ਲੋਕ ਮੈਨੂੰ ਸੋਸ਼ਲ ਮੀਡੀਆ ਤੇ ਜਾਂ ਵੈਸੇ ਜਾਣਦੇ ਨੇ ਜਾਂ ਵੈਸੇ ਫੋਲੋ ਕਰਦੇ ਨੇ, ਉਹ ਮੇਰੇ ਇਸ ਇਮਾਨਦਾਰੀ ਦੇ ਯਤਨ ਨੂੰ ਅੱਛੀ ਤਰ੍ਹਾਂ ਸਮਝਦੇ ਹੋਣਗੇ। ਜਦੋਂ 2019 ਦੀ ਲੋਕ ਸਭਾ ਦੇ ਨਤੀਜੇ ਆਏ ਨਾ, ਤਾਂ ਮੈਂ ਇਹ ਮਹਿਸੂਸ ਕੀਤਾ ਕਿ ਅੱਜ ਜਿੰਨੇ ਅੱਛੇ ਲੋਕ ਨੇ, ਹਮਖਿਆਲ ਲੋਕ ਨੇ, ਉਹਨਾਂ ਸਾਰਿਆਂ ਨੂੰ ਇੱਕ ਵਾਰ ਇਕੱਠਾ ਕਰਕੇ ਦੇਖੀਏ ਜੇ ਪੰਜਾਬ ਸੈਂਟ੍ਰਿਕ ਇੱਕ ਪੰਜਾਬ ਦੀ ਖੇਤਰੀ ਫੋਰਸ ਖੜੀ ਹੋ ਸਕੇ। ਇਸੇ ਹੀ ਮੇਰੇ ਗ੍ਰਹਿ ਤੇ ਚੰਡੀਗੜ੍ਹ ਵਿਖੇ ਲਗਭਗ 7 ਤੋਂ 8 ਮੀਟਿੰਗਾਂ, ਮੈਂ ਹੁਣ ਵਿਅਕਤੀਆਂ ਦੇ ਨਾਮ ਨਹੀਂ ਲੈਣਾ ਚਾਹੁੰਦਾ, ਤੁਸੀਂ ਸਾਰੇ ਜਾਣਦੇ ਕਿ ਹਮਖਿਆਲ ਲੀਡਰ ਕੌਣ ਸੀਗੇ, ਜਿਨ੍ਹਾਂ ਦੇ ਨਾਮ ਆਮ ਤੌਰ ਤੇ ਚਰਚਿਤ ਰਹੇ ਕਿ ਇਹਨਾਂ ਲੋਕਾਂ ਨੂੰ ਇਕੱਠੇ ਹੋਣਾ ਚਾਹੀਦਾ। ਪੰਜਾਬ ਦੇ ਹਿਤੈਸ਼ੀ ਸੀ ਜਿਹੜੇ, ਲਗਾਤਾਰ 7-8 ਮੀਟਿੰਗਾਂ ਕੀਤੀਆਂ ਔਰ ਬਹੁਤ ਕੋਸ਼ਿਸ਼ ਕੀਤੀ ਕਿ ਆਹ ਜਿਹੜੀਆਂ ਛੋਟੀਆਂ ਛੋਟੀਆਂ ਪਾਰਟੀਆਂ ਆਪਾਂ ਬਣਾ ਕੇ ਬੈਠੇ ਹੋਏ ਹਾਂ, ਇਹਨਾਂ ਸਾਰਿਆਂ ਨੂੰ ਇੱਕ ਵਾਰ ਭੰਗ ਕਰ ਦਿਓ, ਲੋਕਾਂ ਵਿੱਚ ਵਿਸ਼ਵਾਸ ਪੈਦਾ ਕਰਨ ਵਾਸਤੇ ਇੱਕ ਥਾਂ ਇਕੱਠੇ ਹੋ ਜਾਈਏ, ਔਰ ਹਲੇ ਵੀ ਕੋਈ ਆਪਣੀ ਪਾਰਟੀ ਨਾ ਬਣਾਓ, ਤੁਸੀਂ ਇੱਕ ਵਾਰ ਆਵਾਜ਼ ਲਾਓ ਸਾਰੇ ਪੰਜਾਬ ਦੇ ਚੰਗੇ ਲੋਕਾਂ ਨੂੰ ਕਿ ਜਿਹੜੇ ਵੀ ਲੋਕ ਸਾਡੇ ਨਾਲ ਸਾਥ ਦੇਣਾ ਚਾਹੁੰਦੇ ਇਸ ਉਪਰਾਲੇ ਵਿੱਚ, ਅਸੀਂ ਉਹਨਾਂ ਦਾ ਸਵਾਗਤ ਕਰਾਂਗੇ। ਪਰ ਥੋੜ੍ਹਾ ਅਫਸੋਸ ਅਤੇ ਦੁੱਖ ਨਾਲ ਕਹਿਣਾ ਪੈਂਦਾ ਕਿ ਉਹ ਸਾਡੇ ਐਫਰਟਸ ਜਿਹੜੇ ਸੀਗੇ ਉਹ ਸਿਰੇ ਨਹੀਂ ਚੜ੍ਹ ਸਕੇ। ਮੈਂ ਕਿਸੇ ਨੂੰ ਕੋਈ ਦੋਸ਼ ਵੀ ਨਹੀਂ ਦੇਣਾ ਚਾਹੁੰਦਾ, ਉਹਦੇ ਵਿੱਚ ਮੈਂ ਆਪਣੇ ਆਪ ਨੂੰ ਵੀ ਦੋਸ਼ੀ ਸਮਝਦਾ ਵਾਂ, ਪਰ ਸਾਡਾ ਜਿਹੜਾ ਇੱਕ ਉਹ ਪੰਜਾਬ ਸੈਂਟ੍ਰਿਕ ਇੱਕ ਰੀਜਨਲ ਫੋਰਸ ਖੜੀ ਕਰਨ ਦਾ ਜਿਹੜਾ ਸੁਪਨਾ ਸੀਗਾ ਉਹ ਸਿਰੇ ਨਾ ਚੜ੍ਹ ਸਕਿਆ। ਇਸ ਕਰਕੇ ਸਾਨੂੰ ਇਹ ਫੈਸਲਾ ਇਹ ਜਿਹੜਾ ਲੈਣਾ ਪਿਆ ਕਾਂਗਰਸ ਜੁਆਇਨ ਕਰਨ ਦਾ, ਔਰ ਇਹ ਕਾਂਗਰਸ ਜੁਆਇਨ ਐਵੇਂ ਨਹੀਂ ਕਰ ਲਈ। ਮੈਨੂੰ ਪਤਾ ਵਾ ਕਿ ਕੁਛ ਲੋਕਾਂ ਨੂੰ ਇਹਦੇ ਨਾਲ ਸ਼ਾਇਦ ਉਹਨਾਂ ਨੂੰ ਅੱਛਾ ਨਾ ਲੱਗੇ, ਪਰ ਮੇਰੀ ਥੋੜ੍ਹੀ ਦਲੀਲ ਅੱਛੀ ਤਰ੍ਹਾਂ ਸੁਣ ਕੇ ਫਿਰ ਤੁਸੀਂ ਆਪਣਾ ਮਨ ਬਣਾਉਣਾ। ਕਾਂਗਰਸ ਜੁਆਇਨ ਕਰਨ ਦਾ ਫੈਸਲਾ ਪ੍ਰਮੁੱਖ ਕਾਰਨ ਜਿਹੜਾ ਹੈ ਉਹਦੇ ਚ ਇਹ ਵੀ ਆ ਕਿ ਮੈਂ ਜਦੋਂ 2015 ਚ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਚ ਗਿਆ ਸੀ ਨਾ, ਮੈਂ ਅਰਵਿੰਦ ਕੇਜਰੀਵਾਲ ਦੀ ਕਾਰਜਸ਼ੈਲੀ ਔਰ ਜਿਹੜੀ ਉਹਨਾਂ ਦੇ ਗੱਲ ਕਰਨ ਦਾ ਅੰਦਾਜ਼ ਸੀਗਾ ਤੇ ਜੋ ਉਹਨਾਂ ਨੇ ਵਾਅਦੇ ਕੀਤੇ ਇਸ ਦੇਸ਼ ਦੀ ਰਾਜਨੀਤੀ ਵਿੱਚ ਇੱਕ ਕੁਆਲਿਟੇਟਿਵ ਚੇਂਜ ਲਿਆਉਣ ਦਾ, ਮੈਂ ਉਹਦੇ ਨਾਲ ਪ੍ਰਭਾਵਿਤ ਸੀਗਾ ਔਰ ਮੈਂ ਅਨਕੰਡੀਸ਼ਨਲ ਪਾਰਟੀ ਜੁਆਇਨ ਕੀਤੀ ਉਦੋਂ 2015 ਦੇ ਡਿਸੰਬਰ ਦੇ ਵਿੱਚ। ਲੇਕਿਨ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ ਜਦੋਂ ਉੱਥੇ ਜਾ ਕੇ ਮਾਹੌਲ ਦੇਖਿਆ ਤਾਂ ਉਹਨਾਂ ਨੇ ਪਾਰਟੀ ਨੂੰ ਪੂਰੀ ਤਰ੍ਹਾਂ ਜਕੜਿਆ ਹੋਇਆ ਸੀਗਾ। ਮੇਰਾ ਇੱਕ ਬਹੁਤ ਅੱਛਾ ਦੋਸਤ ਆ, ਉਹ ਪੱਤਰਕਾਰ ਹੈ, ਬੜਾ ਸੀਨੀਅਰ, ਉਹਦਾ ਨਾਮ ਤਾਂ ਨਹੀਂ ਮੈਂ ਲੈ ਸਕਦਾ। ਉਹਨੇ ਮੈਨੂੰ 2017 ਦੀ ਇਲੈਕਸ਼ਨ ਤੋਂ ਕਾਫੀ 4-5 ਮਹੀਨੇ ਪਹਿਲਾਂ ਕਹਿਤਾ ਕਿ ਹੁਣ ਤੁਹਾਡੀ ਸਰਕਾਰ ਆਮ ਆਦਮੀ ਪਾਰਟੀ ਦੀ ਪੰਜਾਬ 'ਚ ਨਹੀਂ ਬਣੇਗੀ। ਮੈਂ ਕਿਹਾ ਕਿਉਂ ਨਹੀਂ ਬਣੇਗੀ? ਕਹਿੰਦਾ ਕੇਜਰੀਵਾਲ ਦੇ ਕੋਲ 2 ਰਾਹ ਨੇ, ਜਾਂ ਤਾਂ ਉਹ ਪਾਰਟੀ ਦੇ ਉੱਤੇ ਕਬਜ਼ਾ ਕਰਕੇ ਬੈਠ ਜਾਵੇ ਤੇ ਜਾਂ ਉਹ ਸਰਕਾਰ ਬਣਾ ਲਵੇ। ਕੇਜਰੀਵਾਲ ਨੇ ਆਹ ਵਾਲਾ ਰਾਹ ਚੁਣਿਆ। ਉਹਨਾਂ ਨੇ ਪਾਰਟੀ ਨੂੰ ਗਲੱਛਿਆ ਹੋਇਆ ਸੀਗਾ ਕਿ ਕੋਈ ਵੀ ਪਾਰਟੀ 'ਚ ਫੈਸਲਾ ਕੋਈ ਆਦਮੀ ਸਾਡੇ ਤੋਂ ਬਾਹਰ ਨਹੀਂ ਹੋ ਸਕਦਾ, ਔਰ ਇਸੇ ਕਰਕੇ ਉਹਨਾਂ ਨੇ ਪਾਰਟੀ ਦੇ ਵਿੱਚ ਕੋਈ 2017 'ਚ ਕੋਈ ਯੋਗ ਚਿਹਰਾ ਪੰਜਾਬ ਦੇ ਵਿੱਚ ਪੰਜਾਬ ਦਾ ਨਹੀਂ ਉਤਾਰਿਆ, ਜਿਹਦੇ ਕਰਕੇ ਪੰਜਾਬ ਦੇ ਵਿੱਚ ਉਹਨਾਂ ਦਾ ਗ੍ਰਾਫ ਜਿਹੜਾ ਸੀਗਾ ਉਹ 100 ਸੀਟ ਤੋਂ ਡਿੱਗ ਕੇ 20 ਸੀਟਾਂ 'ਤੇ ਆ ਗਿਆ।
चलो वी ते भी आ गया सीगा, ओपोजिशन बन गई सीगी, लेकिन उस तो बाद भी उन्होंने जिहड़ी रणनीति सी उह बदली नहीं। उन्होंने किसी भी अपने किसी गलती नूं कदी पिछे मुड़ के देखिया ही नहीं। अज तक पुरानियां गल्लां मैं छड्ड दिंदा कि छोटेपुर साहब नूं कढ़िया, डॉक्टर गांधी नूं कढ़िया, घुग्गी नूं कढ़िया, उह गल्लां सारियां पास हो चुकियां सीगियां। लेकिन आ जिहड़ा गवर्नमेंट बनन तो बाद जदों फुलका साहब बड़े ने, उन्होंने बड़ा अच्छा काम किया 7-8 महीने बतौर लीडर ऑफ ओपोजिशन। उस तो बाद लीडर ऑफ ओपोजिशन मैनूं बनाया और जिहड़े हालातां च बनाया गया, मैं हुण सब नाल बहुत नहीं रिपीटली सांझे करना चाहुंदा। इह वी मेरे जिहड़े 20 चों 16 MLAs ने चंडीगढ़ एक मीटिंग करके एक चिट्ठी लिख के भेजती सी केजरीवाल नूं कि असीं इस नूं अपना आगू बनाउणा चाहुंदे, क्योंकि असीं चाहुंदे हां कि पंजाब दे विच पार्टी जिहड़ी मजबूत होवे और मजबूत करन विच सुखपाल सिंह खहिरा योगदान पा सकदा। उन्होंने जिहड़े वी मेरे चंगे गुण सी उत्थे विच लिख के भेज दित्ते, उन्हां नूं मैनूं बनाउणा पिया। एक अगर मैं गल कन्फेस करां ते जिहड़ी लास्ट मीटिंग बनन लग्या मैनूं, जदों सारे MLAs दे विचार ले गए ते मैनूं लास्ट विच बुलाया गया सीगा, ते संजय सिंह भी उस मीटिंग विच हाजिर सी। अरविंद केजरीवाल ने मेरे नाल थोड़ी जी बहस जी चल पी, तो बाद संजय सिंह ने रोकिया तो उन्हें कहा कि अब भाई साहब अब बना ही रहे हैं तो आप इनसे आप बहस करने का कोई मतलब नहीं बनता। पर केजरीवाल ने लास्ट विच बनाने तो पहला मैंने कहा कि खहिरा जी मैं आपको बना तो रहे हैं क्योंकि MLAs आपके साथ हैं, अगर मेरा बस चलता तो मैं आपको LOP कभी ना बनाता। मैनू उदन तो ही पता लग गया कि मेरी पुठी गिनती शुरू हो गई है, LOP बन गया। जो भी मेरे च इमानदारी सी, जिनी तनदेही सी, मैं उस अहदे दे फर्ज निभाने शुरू कर दिते। दोस्तों जिहड़ा तुहानूं लगदा ना कि LOP जिहड़ा जी बड़ा सुखाला जिहा अहुदा वा, यह गड्डियां मोटरां ते कोठियां मिलदियां ने, कुछ लोग इहनूं कुर्सी नाल जोड़दे ने, इस तरह नहीं गा। जे तां तुसीं इहनूं आराम प्रस्ती दे नाल कट्टणा, जिद्दां पहलां तुरी आउंदी सी रवायत, फिर इह आराम प्रस्ती वाला अहुदा हैगा वा, पर मैं इस नूं अपनी एक प्रोपर जिम्मेवारी समझदे, अपना फर्ज समझदे, मैं एक विरोधी धिर दे लीडर दा जिहड़ा रोल सीगा उह अपने वल्लों पूरी शिद्दत दे नाल निभाया। तुहानूं सब नूं पता इहदे बारे मैं अपनी कोई वजाहत नहीं कर रहा। और उहदे विच इक इहो जिहा मौका आया कि माफिया दा बड़ा वड्डा माइनिंग माफिया दा स्कैंडल उठिया, उहदे विच इक मिनिस्टर नूं इस्तीफा देना पिया। उस मिनिस्टर ने अपनी शक्ति दा दुरउपयोग करके मेरे खिलाफ फाजिलका ਦੇ ਵਿੱਚ ਜਾ ਕੇ ਇੱਕ 2015 ਦਾ ਪੁਰਾਣਾ ਮੁਕਦਮਾ ਸੀ, ਉਹਦੇ ਵਿੱਚ 2017 ਚ ਮੇਰਾ ਉਸ NDPS ਡਰੱਗਸ ਦੇ ਕੇਸ ਵਿੱਚ ਨਾਮ ਜੋੜ ਦਿੱਤਾ। ਉਸ ਕੇਸ ਵਿੱਚ ਦੋਸਤੋ 20 ਸਾਲ ਲੋਕਾਂ ਨੂੰ ਕੈਦ ਹੋਈ ਆ। ਮੈਨੂੰ ਚਲੋ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਸੁਪਰੀਮ ਕੋਰਟ ਆਫ ਇੰਡੀਆ ਨੇ ਮੈਨੂੰ ਉਹਦੇ ਵਿੱਚ ਸਟੇ ਦੇ ਦਿੱਤਾ। ਇਸ ਤੋਂ ਥੋੜਾ ਜਿਹਾ ਪਿੱਛੇ ਅੱਗੇ ਚੱਲ ਜਾਈਏ, ਉਹਦੇ ਨੇੜੇ ਤੇੜੇ ਅਰਵਿੰਦ ਕੇਜਰੀਵਾਲ ਨੇ ਬਿਕਰਮ ਮਜੀਠੀਆ ਤੋਂ ਮਾਫੀ ਮੰਗ ਲਈ ਸੀ। ਸਭ ਨੇ ਬੜਾ ਸ਼ੋਰ ਮਚਾਇਆ, ਸਭ ਨੇ ਅਪੋਜ਼ ਕੀਤਾ, मैं भी उसनों अपोज किया कि गलत काम किया वा, इहदे नाल लोकां दा पार्टी दा मनोबल डिग गया वा। हुण उह तां माफी मंग के ते निकल गए, लेकिन मैं जिहड़ा सरकार दे नाल मत्था लाया सीगा 2017-18 विच बतौर लीडर ऑफ ओपोजिशन, मैं तां उह NDPS दा केस अज भी भुगत रहा वा। और तुहानूं अच्छी तरह मैं याद करवाउणा चाहुंदा कि जिहड़े हुण इनफोर्समेंट डायरेक्टोरेट ED ने जिहड़े मेरे घर ते छापे मारे ने, और मेरे बेटी दे वी घर नूं स्पेयर नहीं कीता दिल्ली, मेरे उन्हां दी शादी भी बाद विच हुई उस मुकदमे तो, वो जिहड़े ED दे रेड ने वह इसी पॉलिटिक्स नाल कनैक्टिड ने। अगर मैं भी माफी मांग के निकल जांदा तो मेरे ते ना NDPS दा केस होना सीगा फाजिलका वाला, ते ना मेरे खिलाफ ED ने कोई रेड करने सीगे। पर मेरी आत्मा हमेशा यह कहती है कि जो हक ते जो सच है उस नूं बयान करना। उदों मेरे खिलाफ उस वक्त की पंजाब सरकार ने NDPS दा केस घड़िया, उस मंत्री दे कहण ते उन्हें अपना असर रसूख पैसे का दुरउपयोग किया। ते हुण क्योंकि मैं BJP का डट के विरोध कर रहा सीगा किसान अंदोलन नूं लैके, मैं उहदे विच शिरकत भी की जिनी मेरे विच समर्था सी, मैं जांदा आउंदा भी रहा वा। पर जदों 26 जनवरी नूं ट्रैक्टर परेड दे दौरान नवरीत सिंह डिबडबा का कतल किया गया दिल्ली पुलिस वालों, मैं उसनूं बहुत जोरदार ढंग दे नाल चक्या और उस परिवार नूं दिल्ली हाई कोर्ट तक लिजा के उहदे विच इंसाफ दिवाउण दा उपराला किया। उस तों पहलां जिहड़ा युवापा दे केसिस दे तहत बहुत जुल्म ढाया जा रहा सी पंजाब और देश भर दे विच, उहदे विच भी मैं बहुत लड़ाई लड़ी, क्योंकि युवापा कानून बेसिकली डायरेक्टली NIA दे थले आउंदा, नैशनल इन्वेस्टिगेटिंग एजेंसी, जिहड़ा प्राइम मिनिस्टर दे नैशनल सिक्योरिटी एडवाइजर मिस्टर अजीत डोवाल दे तहत आ। ते जदों मैं युवापा दा विरोध करदा वां, इहदा मतलब है NIA दा ते उस नैशनल सिक्योरिटी एडवाइजर जिहड़े प्राइम मिनिस्टर उहदा विरोध करदा, BJP दा तां विरोध करदा ही करदा सीगा।
ਹੁਣ ਪੰਜਾਬ ਦੇ ਵਿੱਚ ਇੰਨੇ ਪਾਰਟੀਆਂ ਦੇ ਲੀਡਰ ਨੇ, ਇੰਨੇ ਐਮਐਲਏ ਨੇ, ਇੰਨੇ ਮਿਨਿਸਟਰਸ ਨੇ, ਇੰਨੇ ਫਾਰਮਰ ਮਿਨਿਸਟਰਸ ਨੇ, ਬਾਦਲ ਵਰਗੇ ਵੱਡੇ ਵੱਡੇ ਪਰਿਵਾਰਾਂ ਦੇ ਲੋਕ ਨੇ, ਉਹਨਾਂ ਦੇ ਖਿਲਾਫ ਤਾਂ ਕਦੀ ਕਿਸੇ ਈਡੀ ਨੇ ਅੱਜ ਤੱਕ ਕੋਈ ਛਾਪਾਮਾਰੀ ਨਹੀਂ ਕੀਤੀ, ਕੋਈ ਕੇਸ ਨਹੀਂ ਬਣਾਇਆ। ਪਰ ਮੇਰੇ ਖਿਲਾਫ ਉਹਨਾਂ ਨੇ ਇਹ ਕੀਤਾ ਕਿਉਂਕਿ ਮੈਨੂੰ ਸਬਕ ਸਿਖਾਉਣਾ ਚਾਹੁੰਦੇ ਸੀ। ਜਿਹੜਾ ਮੈਂ ਯੁਆਪਾ ਵਰਗੇ ਕੇਸਿਸ ਔਰ ਜੋ ਕਿਸਾਨ ਅੰਦੋਲਨ ਵਿੱਚ ਜੋ ਨਵਰੀਤ ਸਿੰਘ ਡਿਪਟਪਾ ਦਾ ਮੈਂਬਰ ਉਸ ਕਤਲ ਦੇ ਇਨਸਾਫ ਦੀ ਲੜਾਈ ਲੜ ਰਿਹਾ ਸੀਗਾ, ਉਹ ਮੇਰੀ ਆਵਾਜ਼ ਬੰਦ ਕਰਾਉਣਾ ਚਾਹੁੰਦੇ ਸੀ। ਇਸ ਕਰਕੇ ਜੇ ਤਾਂ ਕੋਈ ਵੀ ਰੋਲ ਤੁਹਾਨੂੰ ਮਿਲਦਾ ਜ਼ਿੰਦਗੀ 'ਚ, ਜੇ ਤਾਂ ਤੁਸੀਂ ਉਸ ਨੂੰ ਸਿਰਫ ਕੀ ਕਹਿੰਦੇ ਹੁੰਦੇ ਰਸਮੀ ਤੌਰ ਤੇ ਨਿਭਾਉਣਾ ਚਾਹੁੰਦੇ ਹੋ, ਤਾਂ ਫਿਰ ਤੁਹਾਨੂੰ ਕੋਈ ਤੰਗ ਨਹੀਂ ਕਰੇਗਾ, ਫਿਰ ਤੁਹਾਡੇ ਤੇ ਕੋਈ ਪਰਚੇ ਦਰਜ ਨਹੀਂ ਕਰੇਗਾ। ਬਹੁਤ ਸਾਰੇ ਐਮਐਲਏ 2007 ਤੋਂ 12 ਵਾਲੀ ਅਕਾਲੀ ਦਲ ਦੀ ਸਰਕਾਰ ਵਿੱਚ ਕਾਂਗਰਸ ਦੇ ਸੀਗੇ, ਪਰ ਮੈਂ ਆਊਟਸਟੈਂਡਿੰਗਲੀ ਬਾਦਲਾਂ ਦਾ ਵਿਰੋਧ ਕੀਤਾ, ਉਹਨਾਂ ਦਾ ਜਿਹੜਾ ਟਰਾਂਸਪੋਰਟ ਮਾਫੀਆ ਜੋ ਵੀ ਉਹਨਾਂ ਨੇ ਗਲਤ ਕੰਮ ਕੀਤੇ, ਭ੍ਰਿਸ਼ਟਾਚਾਰ ਕੀਤਾ, ਉਹਦੇ 'ਚ ਮੈਂ ਜਦੋਂ ਵਿਰੋਧ ਕੀਤਾ ਮੇਰੇ ਤੇ ਉਦੋਂ ਵੀ ਇਹਨਾਂ ਨੇ 6 ਝੂਠੇ ਮੁਕੱਦਮੇ ਦਰਜ ਕੀਤੇ ਸੀਗੇ। ਔਰ ਲਗਾਤਾਰ ਮੈਂ ਉਹਨਾਂ ਦਾ ਜਿਹੜਾ ਵਿਰੋਧ ਕਰਦਾ ਰਿਹਾ ਉਹਦਾ ਮੈਨੂੰ ਖਮਿਆਜ਼ਾ ਭੁਗਤਣਾ ਪਿਆ। ਇਸ ਕਰਕੇ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਵਾਂ ਕਿ ਇਹ ਕੁਝ ਕਾਰਨ ਨੇ ਕਿ ਜਿਹੜਾ ਮੇਰਾ ਮਨ ਬਣਾਉਣ ਵਿੱਚ ਆਹਿਸਤਾ ਆਹਿਸਤਾ ਸਹਾਈ ਹੋ ਰਹੇ ਸੀਗੇ। ਦੂਸਰੇ ਜਿਹੜਾ ਅੱਜ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਹੈ, ਉਹਨਾਂ ਨੇ ਜਿਹੜਾ ਇੱਕ ਪ੍ਰਚਾਰ ਕੀਤਾ ਸੀ, ਬਾਕੀ ਗੱਲਾਂ ਆਪਾਂ ਸਾਰੀਆਂ ਛੱਡ ਦਈਏ, ਇੱਕ ਉਹਨਾਂ ਨੇ ਪ੍ਰਚਾਰ ਕੀਤਾ ਸੀ ਕਿ ਇਹ ਆਮ ਲੋਕਾਂ ਦੀ ਪਾਰਟੀ ਹੋਵੇਗੀ, ਅਸੀਂ ਰੇਹੜੀ ਵਾਲਿਆਂ ਨੂੰ ਪੈਂਚਰ ਵਾਲਿਆਂ ਨੂੰ, ਉਹਨਾਂ ਦੇ ਇੱਥੋਂ ਦਾ ਲੋਕਲ ਪ੍ਰਧਾਨ ਅਕਸਰ ਬਿਆਨ ਦਿੰਦਾ ਰਿਹਾ। ਤੁਸੀਂ ਮੈਨੂੰ ਦੱਸ ਦਿਓ ਕਿ ਪਿਛਲੇ ਜਿੰਨੀ ਵੀ ਦੇਰ ਦੇ ਇਹ ਸਾਡੇ ਜਾਣ ਤੋਂ ਬਾਅਦ ਜੋ ਲੋਕਾਂ ਨੂੰ ਰਲਾ ਰਹੇ ਨੇ ਉਹ ਕਿੰਨੇ ਕੁ ਰੇਹੜੀਆਂ ਵਾਲੇ ਤੇ ਕਿੰਨੇ ਕੁ ਪੈਂਚਰਾਂ ਵਾਲੇ ਰਲਾਏ ਨੇ। ਕੱਲ ਪਰਸੋਂ ਸਮਰਾਲੇ ਦਾ ਇੱਕ ਰਵਾਇਤੀ ਅਕਾਲੀ ਜਗਜੀਵਨ ਪਾਲ ਸਿੰਘ ਖੀਰਨੀਆ ਐਕਸ ਐਮਐਲਏ, ਉਹ ਇੱਕ ਅਮੀਰ ਆਦਮੀ ਆ, ਉਹ ਚੰਦ ਦਿਨਾਂ ਤੱਕ ਉਸੇ ਹੀ ਬੇਅਦਬੀ ਮਹਿਕਮੇ ਦੇ ਨਾਲ ਰਲਿਆ ਹੋਇਆ ਸੀਗਾ ਜਿਹਨਾਂ ਤੇ ਆਪਾਂ ਸਾਰੇ ਗਿਲਾ ਕਰਦੇ ਹਾਂ, ਪਰ ਉਸ ਨੂੰ ਵੀ ਉਹਨਾਂ ਨੇ ਲਿਆ ਕੇ ਤੇ ਐਮਐਲਏ ਦੀ ਟਿਕਟ ਦੇਣੀ ਆ। ਬਹੁਤ ਸਾਰੇ ਹੋਰ ਰਵਾਇਤੀ ਪਾਰਟੀਆਂ ਚੋਂ ਲੋਕਾਂ ਨੂੰ ਲਿਆ ਜਾ ਰਿਹਾ ਵਾ। ਇਹਦਾ ਮਤਲਬ ਜਿਹੜੇ ਲੋਕੀ ਆਮ ਆਦਮੀ ਪਾਰਟੀ ਦੀਆਂ 2014 ਤੋਂ ਲੈ ਕੇ ਹੁਣ ਤੱਕ ਦਰੀਆਂ ਵਿਛਾਉਂਦੇ ਸੀਗੇ ਜਾਂ ਧਰਨਿਆਂ 'ਚ ਬਹਿੰਦੇ ਸੀ ਜਾਂ ਕੋਲੋਂ ਪੈਸੇ ਬੱਸਾਂ ਲੈ ਕੇ ਕੋਲੋਂ ਪੈਸੇ ਖਰਚ ਕੇ ਰੈਲੀਆਂ ਕਰਦੇ ਸੀ ਜਾਂ ਕਈਆਂ ਦੇ ਉੱਤੇ ਪਰਚੇ ਵੀ ਦਰਜ ਹੋਏ, ਕਈਆਂ ਦੇ ਸੱਟਾਂ ਵੀ ਮਾਰੀਆਂ ਗਈਆਂ, ਕਈਆਂ ਨੂੰ ਪੁਲਿਸ ਟੌਰਚਰ ਵੀ ਸਹਿਣ ਕਰਨਾ ਪਿਆ, ਉਹਨਾਂ ਦਾ ਤਾਂ ਫਿਰ ਵਿਚਾਰਿਆਂ ਦੀ ਕਦੀ ਵਾਰੀ ਨਹੀਂ ਆਉਣੀ। ਇਸ ਕਰਕੇ ਸਿਧਾਂਤਕ ਤੌਰ ਤੇ ਇਹ ਪਾਰਟੀ ਆਪਣਾ ਉੱਥੋਂ ਥਿੜਕ ਚੱਕੀ ਸੀ ਚੁੱਕੀ ਸੀ। ਇਸ ਲਈ ਮੇਰਾ ਜਿੱਥੇ ਮੇਰੀ ਤੋਹੀਨ ਕੀਤੀ ਹੋਈ ਹੋਵੇ, ਜਿੱਥੇ ਮੇਰੀ ਸੈਲਫ ਰਿਸਪੈਕਟ ਨਾ ਹੋਵੇ, ਜਿੱਥੇ ਮੇਰੀ ਪੱਗ ਦੀ ਕੋਈ ਰਿਸਪੈਕਟ ਨਾ ਹੋਵੇ, ਉਹਨਾਂ ਨਾਲ ਮੈਂ ਕਦੀ ਕੋਸ਼ਿਸ਼ ਵੀ ਨਹੀਂ ਕਰ ਸਕਦਾ ਸੀ, ਕਦੀ ਮੈਂ ਜਾ ਵੀ ਨਹੀਂ ਸੀ ਸਕਦਾ, ਲੇਕਿਨ ਉਹਨਾਂ ਨੇ ਵੀ ਕਦੀ ਉਪਰਾਲਾ ਨਹੀਂ ਕੀਤਾ। ਅਗਰ ਉਹ ਉਪਰਾਲਾ ਕਰਦੇ ਤੇ ਗੱਲਬਾਤ ਤੋਂ ਮੈਂ ਕਦੀ ਭੱਜਦਾ ਨਹੀਂ ਸੀਗਾ। ਇਸ ਤੋਂ ਇਲਾਵਾ ਦੋ ਪਲੈਟਫਾਰਮ ਹੋਰ ਰਹਿ ਗਏ ਪੰਜਾਬ ਦੇ ਵਿੱਚ, ਇੱਕ ਬੀਜੇਪੀ। ਅੱਜ ਬੀਜੇਪੀ ਜਿਹੜੀ ਆ ਉਹ ਨਫ਼ਰਤ ਦੀ ਪਾਤਰ ਆ ਸਾਰੇ ਦੇਸ਼ ਵਿੱਚ, ਪੰਜਾਬ ਤਾਂ ਹੀ ਹੈ। ਜਿਸ ਢੰਗ ਦੇ ਨਾਲ ਉਹਨਾਂ ਨੇ ਫਿਰਕਾ ਪ੍ਰਸਤੀ ਦਾ ਇੱਕ ਬਹੁਤ ਵੱਡਾ ਇੱਕ ਲਹਿਰ ਚਲਾਈ ਹੋਈ ਸਾਰੇ ਦੇਸ਼ ਦੇ ਵਿੱਚ, ਔਰ ਜ਼ਿਆਦਤੀਆਂ ਤੇ ਉਤਰੇ ਹੋਏ ਨੇ, ਬਦਲਾਖੋਰੀ ਤੇ ਉਤਰੇ ਹੋਏ ਨੇ ਸਾਰੇ ਜਿਹੜੇ ਵਾਈਟਲ ਇੰਸਟੀਟਿਊਸ਼ਨਸ ਆ ਇੰਡੀਆ ਦੇ, ਚਾਹੇ ਉਹ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵਾ, ਚਾਹੇ ਉਹ ਸੀਬੀਸੀ ਹੈ, ਚਾਹੇ ਉਹ ਆਰਟੀਆਈ ਆ, ਇੱਥੋਂ ਤੱਕ ਕਿ ਜੁਡੀਸ਼ਰੀ ਨੂੰ ਵੀ ਆਪਣੇ ਉਹਨਾਂ ਨੇ ਕੰਟਰੋਲ ਵਿੱਚ ਕੀਤਾ, ਉਹਦਾ ਦੁਰਉਪਯੋਗ ਕਰ ਰਹੇ ਨੇ। ਇਸ ਤਰ੍ਹਾਂ ਦੀ ਪਾਰਟੀ ਨਾਲ ਤਾਂ ਅਸੀਂ ਕਦੀ ਸੋਚ ਵੀ ਨਹੀਂ ਸਕਦੇ, ਸਗੋਂ ਇਹਨਾਂ ਨੂੰ ਇੱਕ ਪਲੈਟਫਾਰਮ ਤੇ ਇਕੱਠੇ ਹੋ ਕੇ ਇਹਨਾਂ ਦਾ ਵਿਰੋਧ ਕਰਨਾ ਸਾਰੇ ਠੀਕ ਸੋਚ ਰੱਖਣ ਵਾਲੇ ਵਿਅਕਤੀਆਂ ਦਾ ਇੱਕ ਨੈਤਿਕ ਫਰਜ਼ ਬਣ ਜਾਂਦਾ। ਅਕਾਲੀ ਦਲ ਜਿਹਦੇ ਨਾਲ ਅਰਸੇ ਤੋਂ ਸਾਡੀ ਲੜਾਈ ਆ, ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਉਹਨਾਂ ਨੇ, ਉਹ ਅਕਾਲੀ ਸੀਗੇ, ਉਹਨਾਂ ਨੇ 1986 ਦੇ ਵਿੱਚ ਜਦੋਂ ਬਰਨਾਲਾ ਸਰਕਾਰ ਸੀ ਤੇ ਉਸ ਵੇਲੇ ਅਕਾਲੀ ਦਲ ਦੀ ਸਰਕਾਰ ਨੇ ਪੁਲਿਸ ਭੇਜਤੀ ਦਰਬਾਰ ਸਾਹਿਬ, ਉਹਦਾ ਨਾਮ ਸੀਗਾ ਆਪਰੇਸ਼ਨ ਬਲੈਕ ਥੰਡਰ। ਉਹਨਾਂ ਨੇ ਉਸੇ ਦਿਨ 30 ਅਪ੍ਰੈਲ 1986 ਨੂੰ ਬਤੌਰ ਵਿਦਿਆ ਮੰਤਰੀ ਅਸਤੀਫਾ ਦਿੱਤਾ, ਉਦਣ ਹੀ ਨਾਲ ਉਹਨਾਂ ਦੇ ਕੈਪਟਨ ਅਮਰਿੰਦਰ ਸਿੰਘ ਜਿਹੜੇ ਐਗਰੀਕਲਚਰ ਮਿਨਿਸਟਰ ਸੀ ਪੰਜਾਬ ਦੇ, ਉਹਨਾਂ ਨੇ ਵੀ ਅਸਤੀਫਾ ਦਿੱਤਾ। ਬਾਦਲ ਇੱਕ ਹਮੇਸ਼ਾ ਫਿਊਡਲਿਸਟਿਕ ਸੋਚ ਲੈ ਕੇ ਅਕਾਲੀ ਦਲ ਤੇ ਕਬਜ਼ਾ ਕੀਤਾ ਸੀ, ਉਹ ਇੱਕ ਉਹ ਜਦੋਂ ਦਾ ਉਹਦਾ ਕੰਟਰੋਲ ਹੋਇਆ ਉਸਨੇ ਇਸ ਪਾਰਟੀ ਦਾ ਬੇੜਾ ਗਰਕ ਕਰ ਦਿੱਤਾ। ਇਸ ਲਈ ਔਰ ਹੁਣ ਤਾਂ ਉਹਨਾਂ ਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦੇ, ਬਹਿਬਲ ਕਲਾਂ ਦੇ, ਜੋ ਭ੍ਰਿਸ਼ਟਾਚਾਰ ਨਾਲ ਦੋਨਾਂ ਹੱਥਾਂ ਨਾਲ ਲੁੱਟ ਖਸੁੱਟ ਕਰਕੇ ਇੱਕ ਬਹੁਤ ਵੱਡਾ ਐਮਪਾਇਰ ਇਕੱਠਾ ਖੜਾ ਕੀਤਾ, ਉਹਨਾਂ ਨੇ ਬਹੁਤ ਵੱਡੀਆਂ ਜਾਇਦਾਦਾਂ ਦੇਸ਼ ਵਿਦੇਸ਼ਾਂ ਵਿੱਚ ਬਣਾਈਆਂ, ਉਹਨਾਂ ਨਾਲ ਸਿਧਾਂਤਕ ਵੱਡੇ ਪੱਧਰ ਦੇ ਉੱਤੇ ਸਾਡੇ ਮਤਭੇਦ ਨੇ, ਉਹਨਾਂ ਨਾਲ ਕਦੀ ਸੋਚ ਵੀ ਨਹੀਂ ਸੀ ਸਕਦੇ। ਇਸ ਲਈ ਮੈਂ ਕਿਸ ਪਲੈਟਫਾਰਮ ਤੇ ਜਾਂਦਾ, ਮੇਰਾ ਆਪਣਾ ਹਲਕਾ ਭੁਲੱਥ ਜਿੱਥੇ ਅੱਧੀ ਸਦੀ ਤੋਂ ਸਾਡੇ ਨਾਲ ਲੋਕ ਜੁੜੇ ਨੇ, ਅੱਧੀ ਸਦੀ ਤੋਂ। ਪਹਿਲੀ ਇਲੈਕਸ਼ਨ ਮੇਰੇ ਪਿਤਾ ਜੀ ਨੇ 1972 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਦੇ ਉੱਤੇ ਉਸ ਹਲਕੇ ਭੁਲੱਥ ਤੋਂ ਲੜੀ ਸੀ। ਅੱਜ 50 ਸਾਲ ਹੋਣ ਜਾ ਰਹੇ ਨੇ, 50 ਸਾਲਾਂ ਦੇ ਲੋਕ ਜਿਹੜੇ ਸਾਡੇ ਨਾਲ ਜੁੜੇ ਨੇ, ਉਹਨਾਂ ਦਾ ਮੇਰੇ ਤੇ ਬਹੁਤ ਪ੍ਰੈਸ਼ਰ ਪਿਛਲੇ ਸਾਲ 1.5 ਸਾਲ ਤੋਂ ਕਿ ਤੁਸੀਂ ਬਹੁਤ ਕੋਸ਼ਿਸ਼ ਕੀਤੀ, ਤੁਸੀਂ ਹਰ ਮੁਮਕਿਨ ਯਤਨ ਕਰਕੇ ਦੇਖ ਲਿਆ, ਪਰ ਜੇ ਚੋਣ ਪ੍ਰਣਾਲੀ ਵਿੱਚ ਰੈਲੇਵੈਂਟ ਰਹਿਣਾ ਚਾਹੁੰਦੇ ਹੋ, ਜੇ ਸਾਡੀ ਮਦਦ ਕਰਨਾ ਚਾਹੁੰਦੇ ਹੋ, ਜੇ ਪੰਜਾਬ ਦੇ ਇਸ਼ੂਜ਼ ਉਠਾਉਣਾ ਚਾਹੁੰਦੇ ਹੋ,
तो फिर तुहानू कांग्रेस ज्वाइन करनी चाहिए। ये तुसी जाके भलत विच बच्चे बच्चे तो तस्दीक कर सकते हो। इसलिए मैं उन्होंने जज्बातों की भी कदर करनी है ना, क्योंकि कुछ लोग सोशल मीडिया से बैठ के बड़ा सौखा कमेंट करना, किसी नूं कंडेम करना, किसी नूं गाला कढ़नियां, पर जिहड़े लोग मैनूं वोट पा के नवाज के पंजाब की विधानसभा च भेजदे ने, जिथे जिन्हां दे करके मेरी आवाज की कोई कीमत बनती है, मैं उन्हां दी गल भी अखो परोखे नहीं सी कर सकदा। इस करके मैं उन्हां दे भी गल सुनी। सारा कुछ सोचण तों बाद, समझण तों बाद, सुनण तों बाद, विचारण तों बाद, यह मैं बड़े धीरज नाल यह फैसला लिया वा, और मैं अपने साथियों दे नाल असीं कांग्रेस पार्टी ज्वाइन करन जा रहे हैं, ज्वाइन कर ली समझ लो। ते मैं तुहानू यकीन दवाना चाहना वा कि चाहे मैं कितें रहां, मैं गल हमेशा अपने सूबे पंजाब की, अपने लोगों की गल करा। मैं 25 साल का इस राजनीतिक पेड़ विच एक्टिव हाँ। 25 साल च सरकारां ने तो मेरे ते मुकदमे बनाए ने, जो मेरे ते 6 मुकदमे अकालिया ने बनाए, मेरे ते NDPS का झूठा मुकदमा बनाया, मेरे ते BJP ने हुण ED दे रेड कराए। पर मैं एक तुहाडी कचहरी च पक्ष रखना चाहना कि अज तक मेरे ते 31 किसी व्यक्ति ने हल्का पलाथिया पंजाब दे विच किसी ने यह नहीं कहा कि साडे नाल इहने ठगी मारी आ, साडे नाल इहने बेईमानी कीती आ, साडे नाल इहने धरोह कीता वा, साडे नाल इहने वैदा खिलाफी या विश्वासघात किया, कदी नहीं किया, क्योंकि मेरा सुभा नहीं गा। मैं कदी दोगली राजनीति नहीं की, मैं कदी छुपा के कोई काम नहीं किया। कुछ लोग मैनू काफी अरसे तो पुछ रहे तुहाडा प्रोग्राम की है, तो मैं समझदा सीगा कि सही वक्त दे उत्ते तुहानू सब नू मैं इस दे उत्ते चानना पाऊंगा, तुहानू जाणू करवाऊंगा। इसलिए मेरे सत्कारयोग वीरों, भैणों, भराओं, बुजुर्गो, माताओं, जिथे भी तुसी बैठे हो दुनिया भर दे विच, मैं तुहानू यह फिर भरोसा दवाना चाहना कि मैं रहा चाहे कितने, पर मेरा दिल जड़ा है अपने सूबे, अपने लोगों वास्ते हमेशा धड़कता रहेगा। और मैं हल्का भलत के लोगों को भी यकीन दवाना चाहना, मेरे तो जिंदगी गलतियां हुई होनगियां, पंजाब के लोगों को भी कहना चाहना, मैंने ये पोलीटिकल फैसले लैण विच कोई मेरे तो गलती हुई होगी, क्योंकि मैं प्रोफेसनल पोलीटिशन नहीं गा, मेरा धंधा नहीं सीगा, मैनू तो इस पोलीटिकल लाइन विच बाय डिफॉल्ट आना पिया, क्योंकि मेरे पिता जी उस वक्त लंबिया डिटेंशन चल रहे थे नैशनल सिक्योरिटी एक्ट विच, एमरजेंसी तो लेके साल साल डेढ़ डेढ़ साल उन्होंने नजरबंद किया जाता सी। मैं क्योंकि उन्हों का इकला पुत्र सी, मैनू उत्थे हल्के दे विच रहना पिया, मैं तो सगों बहुत कुछ इहदे विच नुकसान चलिया, घाटा खादा, मैं कदी कोई गैर कानूनी काम, कोई करप्शन, कोई भ्रिष्टाचार कदी नहीं कीती। इसलिए मैं तुहानू कहना चाहना वा कि मेरे च 100 उनताइयां हो सकदियां ने, पर मैं अपने लोगों के प्रति कदी कोई ना बेवफा वा, ना मैं कोई उन्होंने मतलब कभी भैड़ी सोच रख सकता, ना मैं किसी के नाल कोई बेईमानी की है। इसलिए सब नू मेरी हाथ जोड़ के निम्रता नाल बेनती है कि जिन्हां नू नहीं भी चंगा लग्या कोई गल नहीं, कि सारयां नू आपां, कोई भी आदमी 100 कला संपूर्ण नहीं हो सकता, कोई भी आदमी सब नू खुश नहीं कर सकता। जिहड़े मेरे फैसले नाल सहमत नहीं गए उन्हां दा भी मैं शुक्रिया अदा करदा, ते जिहड़े मेरे फैसले नाल सहमत ने मैं उन्हां नू यकीन दवाउणा चाहुंदा कि आउण वाले समें च मैं कितें भी रहां कांग्रेस दे प्लेटफॉर्म ते रह के मैं अपने पंजाब दी, अपने हकूक दी हमेशा गल करदा रहूंगा। और जिहड़े इह नलायक लोग जिन्हां ने गुरु ग्रंथ साहब की बेअदबियां कीतियां, पंजाब नूं दोनों हाथों नाल लुट्टिया, इन्हां नूं डेफिनेटली सजा मिलनी चाहीदी आ। कैप्टन अमरिंदर सिंह नाल 100 मेरे पोलीटिकल डिफरेंस सीगे, 100 जदों कोई टाइम सीगा अपोज करन दा, मैं टाइम अपोज भी कीता, पर अज जदों मैं देखिया कि होर कोई वायबल अल्टरनेटिव नहीं पैदा कर सके असीं, तां मैं समझदा कि मैनूं फिर उत्थे जाण दा फैसला करना पिया। कैप्टन अमरिंदर सिंह विच कुछ उनताइयां अगर हन भी, पर एक गल याद रखो कि जदों पंजाब की गल आई 1984 दे विच दरबार साहब ते हमला होया सीगा, कैप्टन अमरिंदर सिंह पटियाले तो मैंबर पार्लीमेंट सी कांग्रेस दे, इन्हां ने उस वेले इस्तीफा देता सीगा। उस तो बाद 1986 विच जदों ऑपरेशन ब्लैक थंडर बरनाला साहब की सरकार ने पुलिस भेजी दरबार साहब, इन्हां ने बतौर एग्रीकल्चर मिनिस्टर फिर इस्तीफा देता। 2004 विच जदों पानियां दा बहुत वड्डा विवाद, अपना पानी लै चला सी हरियाणा, इन्हां ने टर्मीनेशन ऑफ एग्रीमेंट्स एक्ट पास करके पंजाब दी विधानसभा दे विच एक बार पंजाब दे पानियां नूं फिर बचाया। इसे तरह हुण जदों किसानां दा मुद्दा उठिया है अपने देश विच, अपने पंजाब दे विच, उन्हां ने पंजाब दी विधानसभा विच तिन्ने कानूनां नूं अमेंड करके एक ठोस रेजोल्यूशन इस कानूनां दा, काले कानूनां दा विरोध करदिआं होइआं असैंबली च पास करके इस दा भी डटमा विरोध कीता वा। मैं जिदा कहा कि हर आदमी कोई 100% करेक्ट नहीं हो सकता, पर बाय एंड लार्ज अगर आपां इन्हां दिनां विच देखांगे ਤਾਂ ਆਈ ਥਿੰਕ ਦੈਟ ਹੀ ਸਟਿਲ ਵਨ ਆਫ ਦ ਬੈਸਟ ਲੀਡਰਸ ਦੈਟ ਪੰਜਾਬ ਹੈਜ਼ ਗੋਟ। ਹੋ ਸਕਦਾ ਹਲੇ ਉਹਨਾਂ ਦੇ ਕੰਮ ਵਿੱਚ ਬਕਾਇਆ ਕੁਛ ਉਨਤਾਈਆਂ ਨੇ ਕੰਮ ਕਰਨ ਵਾਲੇ ਨੇ, ਆਪਾਂ ਅਸੀਂ ਯਤਨ ਕਰਾਂਗੇ ਕਿ ਜਿੰਨੇ ਵੀ ਅਸੀਂ ਹੈ ਅਸੀਂ ਪੂਰਾ
ਉਹਦੇ ਚ ਰੋਲ ਅਦਾ ਕਰਕੇ ਤੇ ਜਿਹੜਾ ਖਾਸ ਤੌਰ ਤੇ ਮਸਲਾ ਬੇਅਦਬੀਆਂ ਦਾ ਗੁਰੂ ਗ੍ਰੰਥ ਸਾਹਿਬ ਦਾ ਬਹਿਬਲ ਕਲਾਂ ਦਾ ਲਟਕਦਾ ਹੁੰਦਾ ਉਹਦੇ ਵਿੱਚ ਇਨਸਾਫ ਦਵਾਉਣ ਵਿੱਚ ਸਹਾਈ ਹੋਵਾਂਗੇ। ਸੋ ਤੁਹਾਡਾ ਸਾਰਿਆਂ ਦਾ ਮੇਰੇ ਨਾਲ ਬਣਨ ਵਾਸਤੇ ਤੁਹਾਡਾ ਸ਼ੁਕਰੀਆ। ਦੁਨੀਆ ਭਰ ਚ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ, ਜਿਨ੍ਹਾਂ ਨੇ ਮਦਦ ਕੀਤੀ, ਹਰ ਕਿਸਮ ਦੀ ਮੈਂ ਤੁਹਾਡਾ ਧੰਨਵਾਦ ਕਰਦਾ। ਮੈਂ ਹਮੇਸ਼ਾ ਨਹੀਂ ਰਹੂੰਗਾ, ਮੈਂ ਤੁਹਾਡਾ ਸਭ ਦਾ ਅਵੇਲੇਬਲ ਰਹੂੰਗਾ। ਇਹ ਨਹੀਂ ਕਿ ਮੈਂ ਕਦੀ ਭੱਜਿਆ ਨਹੀਂ, ਮੈਂ ਕਦੀ ਟੈਲੀਫੋਨ ਅਟੈਂਡ ਕਰਨ ਤੋਂ ਨਹੀਂ ਭੱਜਿਆ। ਮੈਂ ਸਭ ਨਾਲ ਗੱਲ ਕਰਦਾ ਜਿੰਨੀ ਮੇਰੇ ਚ ਕਪੈਸਿਟੀ ਹੈ, ਗਾਂ ਵੀ ਮੈਂ ਇਸੇ ਤਰ੍ਹਾਂ ਹੀ ਕਰਦਾ ਰਹੂੰਗਾ। ਉਮੀਦ ਹੈ ਮੇਰੇ ਸਾਡੇ ਇਸ ਫੈਸਲੇ ਤੇ, ਜੋ ਅਸੀਂ ਤਿੰਨ ਵਿਧਾਇਕ ਕਾਂਗਰਸ ਪਾਰਟੀ ਜੁਆਇਨ ਕਰ ਰਹੇ ਹਾਂ, ਤੁਸੀਂ ਇਸ ਫੈਸਲੇ ਦੇ ਨਾਲ ਸਹਿਮਤੀ ਵੀ ਪ੍ਰਗਟਾਓਗੇ, ਸਾਡੇ ਤੇ ਭਰੋਸਾ ਵੀ ਰੱਖੋਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ, ਥੈਂਕ ਯੂ।